ਪਿਛਲੇ 2 ਹਫ਼ਤਿਆਂ ਤੋਂ ਮੋਹਾਲੀ ਦੇ ਵਿੱਚ ਉਬਰ ਅਤੇ ਓਲਾ ਦਾ ਮੁੱਦਾ ਚੱਲ ਰਿਹਾ ਹੈ। ਪੰਜਾਬ ਸਰਕਾਰ ਦੀ ਇਸ 'ਤੇ ਕੀ ਨਲਾਇਕੀ ਹੈ? ਪੰਜਾਬ ਦਾ ਸਰਕਾਰ ਦਾ ਪ੍ਰਸ਼ਾਸਨ ਇਸ ਨੂੰ ਹੱਲ ਕਰ ਸਕਦਾ, ਨਹੀਂ ਕਰ ਸਕਦਾ? ਅਤੇ ਇਹੋ ਜਿਹੇ ਇਸ ਤੋਂ ਇਲਾਵਾ ਕੁਛ ਹੋਰ ਮਸਲਿਆਂ 'ਤੇ ਆਓ, ਅਸੀਂ ਸਿਮਰਜੀਤ ਬੈਂਸ ਜੀ ਨਾਲ ਗੱਲ ਕਰਦੇ ਹਾਂ। ਬੈਂਸ ਸਾਹਿਬ, ਤੁਸੀਂ ਦੇਖ ਹੀ ਰਹੇ ਹੋ, 2 ਹਫ਼ਤੇ 'ਤੇ ਬੈਠੇ ਹੋ, ਇੰਨੇ ਦੁਸ਼ਹਿਰਾ ਗਰਾਊਂਡ ਜਿੰਦਾਬਾਦ ਮੁਰਦਾਬਾਦ ਹੋ ਰਹੀ ਹੈ, ਸਰਕਾਰ ਦੀ ਨਲਾਇਕੀ ਮਰਦੇ ਹੋ, ਸਰਕਾਰ ਕੀ ਕਰ ਸਕਦੀ ਹੈ? ਮੈਂ ਨਾ ਕਿਸੇ ਦਾ ਕੋਈ ਨਿੰਦਕ ਨਹੀਂ ਹੈ, ਮੈਂ ਕਿਸੇ ਦਾ ਨਾਮ ਲੈ ਕੇ ਫੇਲੀਅਰ ਆਫ ਗਵਰਨਮੈਂਟ, ਮੈਂ ਕਿਸੇ ਨੁਮਾਇੰਦੇ ਨੂੰ ਨਿੰਦਾ ਨਹੀਂ, ਮੰਤਰੀ ਸੰਤਰੀ ਨੂੰ ਨਿੰਦਾ ਨਹੀਂ ਕਹਿ। ਜੇ ਸਰਕਾਰ ਆਪਣੇ ਡਿਊਟੀ 'ਤੇ ਹੋਵੇ ਤਾਂ ਕਿਸੇ ਨੂੰ ਧਰਨਾ ਲਾਉਣ ਦੀ ਲੋੜ ਨਹੀਂ। ਇਹਨਾਂ ਦਾ ਕੋਈ ਸ਼ੌਕ ਹੈਗਾ, ਵਿਚਾਰੇ ਮਾਤਰ ਲੋਕ ਜਿਨ੍ਹਾਂ ਨੇ 5-5 10-10 ਲੱਖ ਰੁਪਈਆ ਲਾ ਕੇ ਗੱਡੀਆਂ ਖਰੀਦ ਲਈਆਂ, ਇਹਨਾਂ ਦਾ ਰੋਜ਼ੀ ਰੋਟੀ ਆ। ਇਹ ਪਿਛਲੇ ਦੋਸਤ ਨੇ ਦੱਸਿਆ ਵੀ ਅਸੀਂ ਰੋਟੀ ਤੋਂ ਵੀ ਆਵਾਜ਼ਦਾਰ, ਅਸੀਂ ਆਪਸ 'ਚ ਕੰਟਰੀਬਿਊਟ ਕਰਕੇ ਪ੍ਰਸ਼ਾਦੇ ਪਾਣੀ ਦਾ ਇੰਤਜ਼ਾਮ ਕਰ ਰਹੇ ਹਾਂ। ਵੇਅਰ ਇਜ਼ ਦਾ ਗਵਰਨਮੈਂਟ? ਸਰਕਾਰ ਦਾ ਟਰਾਂਸਪੋਰਟ ਵਿੰਗ, STC, RTA ਕਿੱਥੇ ਹੈਗੇ ਆ? ਹੁਣ ਇਹ ਕਿੱਥੋਂ ਦਾ ਕਾਨੂੰਨ? ਪੈਸੇ ਮੈਂ ਦੇਣੇ ਆ ਅਤੇ ਡਾਂਗ ਦੇ ਨਾਲ ਉਗਰਾਹੀ ਤੁਹਾਡੇ ਕੋਲੋਂ, ਪੈਸੇ ਕੰਪਨੀ ਵਾਲੇ ਪਾਸੇ ਆ ਅਤੇ ਡਾਂਗ ਦੇ ਨਾਲ ਇਹਨਾਂ ਦੇ ਕੋਲੋਂ ਪੈਸੇ ਉਗਰਾਉਣ ਦਾ ਯਤਨ ਕੀਤਾ ਜਾ ਰਿਹਾ। ਸੋ ਇਹ ਜਿਹੜੀ ਗੁੰਡਾਗਰਦੀ ਡਾਂਗ ਵਾਲੀ ਹੈ, ਇਹਨੂੰ ਨਿਯਮਾਂ ਦੇ ਤਹਿਤ ਗਵਰਨਮੈਂਟ ਨੇ ਲੈ ਕੇ ਆਉਣਾ, ਬਟ ਅਫਸੋਸ ਕਿ ਗਵਰਨਮੈਂਟ ਦਾ ਧਿਆਨ ਇਸ ਪਾਸੇ ਨਹੀਂ ਹੈਗਾ। ਗਵਰਨਮੈਂਟ ਦਾ ਧਿਆਨ ਹੈਗਾ ਹੁਸੀਨ ਵਾਦੀਆਂ ਦੇ ਵਿੱਚ, ਹੁਸੀਨ ਮਹਿਮਾਨਾਂ ਦੇ ਨਾਲ ਨਜ਼ਾਰੇ ਲੁੱਟ ਕੇ ਪੰਜਾਬ ਦੇ ਅਸਾਸਿਆਂ ਦੀ ਲੁੱਟ ਕਰਨਾ, ਅਫਸੋਸ ਹੈ। ਸੋ ਮੈਂ ਇਹਨਾਂ ਦੋਸਤਾਂ ਨੂੰ ਯਕੀਨ ਦਵਾਇਆ ਵੀ ਮੈਂ ਤੁਹਾਡਾ ਸਾਥੀ ਹਾਂ, ਜੇ ਕੋਈ ਮਾੜੀ ਮੋਟੀ ਪ੍ਰਸ਼ਾਸਨ ਅਤੇ ਕੰਪਨੀ ਦੇ ਅਧਿਕਾਰੀਆਂ 'ਚ ਹਿਲਜੁਲ ਹੋਈ ਆ, ਉਹ ਡਿਊ ਟੂ ਤੁਹਾਡੀ ਯੂਨਿਟੀ ਕਰਕੇ, ਮੇਰੇ ਕਰਕੇ ਨਹੀਂ ਹੈਗੀ। ਤੁਸੀਂ ਯੂਨਾਈਟ ਹੋਏ ਹੋ, ਅੱਜ ਤੁਸੀਂ ਮੋਹਾਲੀ ਦੇ ਇਕੱਠੇ ਹੋਏ ਹੋ, ਮੈਂ ਇਨਸ਼ੋਰ ਕਰਦਾ ਮੈਂ ਲੁਧਿਆਣੇ ਅਤੇ ਜਲੰਧਰ ਅੰਮ੍ਰਿਤਸਰ ਵਾਲੇ ਵੀ ਤੋਰੂੰਗਾ ਨਾਲ, ਤੁਹਾਡੇ ਕੰਪਨੀ ਨੂੰ ਸੇਕਾ ਲਾਵਾਂਗੇ ਨਾ ਕਿ ਜਿਹੜੀ ਜੈਨੂਅਨ ਮੰਗ ਆ, ਜਿਹੜੇ ਤੁਹਾਡੀ ਸਰਕਾਰ ਨੂੰ ਦੇਣ ਵਾਲੇ ਰੈਵਨਿਊਜ਼ ਹੈਗਾ, ਤੁਸੀਂ ਦਿਓ, ਇਹ ਲੋਕ ਕਿਉਂ ਦੇਣਗੇ? ਐਂਡ ਮੈਨੂੰ ਉਮੀਦ ਹੈਗੀ ਆ ਵੀ ਕੰਪਨੀ ਜਿਹੜੀਆਂ ਜੈਨੂਅਨ ਮੰਗਾਂ ਉਹ ਜ਼ਰੂਰ ਮੰਨੂਗੇ। ਐਂਡ ਇੱਕ STC ਦੇ ਨਾਲ ਮੈਂ ਮੀਟਿੰਗ ਜ਼ਰੂਰ ਕਰਨ ਜਾਊਂਗਾ ਇਹਨਾਂ ਨੂੰ ਲੈ ਕੇ, ਸਪੈਸ਼ਲੀ ਓਲਾ ਉਬਰ ਓਪਰੇਟਰਸ ਲਈ, ਕਿ ਇਹਨਾਂ ਦਾ ਰਿਡਰੈਸਲ ਫੋਰਮ ਤਾਂ ਫੋਰਮ ਹੋਵੇ ਨਾ, ਕੋਈ ਆਫਿਸ ਹੋਵੇ ਜਿੱਥੇ ਇਹਨਾਂ ਦੀਆਂ ਕੰਪਲੇਂਟਸ ਅਟੈਂਡ ਹੋਣ, ਮਸਲੇ ਸੁਲਝਾਏ ਜਾਣ। ਇਹ ਦੋਸਤ ਉਹ ਤਾਂ ਕਰਦਾ ਦਿਮਾਗ ਦੀ ਕਮਾਈ ਓਲਾ ਅਤੇ ਉਬਰ, ਇਹ 10-10, 20-20 ਲੱਖ ਰੁਪਈਆ ਲਾ ਕੇ ਸਾਰਾ ਦਿਨ 12-14, 15-15 ਘੰਟੇ ਡਰਾਈਵਿੰਗ ਕਰਦੇ ਆ। ਇਹਨਾਂ ਦੀਆਂ ਦਿੱਕਤਾਂ ਸਮੱਸਿਆਵਾਂ ਦੇ ਸਮਾਧਾਨ ਵਾਸਤੇ ਕੰਪਨੀ ਦਾ ਕੋਈ ਆਫਿਸ ਨਾ ਹੋਵੇ, ਕੋਈ ਉੱਥੇ ਅਥਾਰਟੀ ਨਾ ਬੈਠੀ ਹੋਵੇ। ਸੋ ਇਹ ਗੱਲ ਵੀ ਇਨਸ਼ੋਰ ਕਰਾਵਾਂਗੇ ਤਾਂ ਜੋ ਭਵਿੱਖ ਦੇ ਵਿੱਚ ਓਲਾ ਅਤੇ ਉਬਰ ਓਪਰੇਟਰਸ ਨਾਲ ਕੋਈ ਚੀਟਿੰਗ ਠੱਗੀ ਨਾ ਹੋ ਸਕੇ। ਨੰਬਰ 3, ਓਲਾ ਅਤੇ ਉਬਰ ਪੈਨ ਪੰਜਾਬ, ਇਹਨਾਂ ਨੂੰ ਮੈਂ ਦੋਸਤਾਂ ਨੂੰ ਸੁਝਾਅ ਦਿੱਤਾ, ਮੈਂ ਵੀ ਸਪੋਰਟ ਕਰੂੰਗਾ, ਯੂਨਾਈਟ ਕਰੀਏ, 21-31 ਮੈਂਬਰੀ ਕੋਈ ਸਟਰਿੰਗ ਕਮੇਟੀ ਬਣ ਜਾਵੇ ਤਾਂ ਜੋ ਕਿਸੇ ਬੇਈਮਾਨ ਦੀ ਜ਼ਰੂਰਤ ਨਾ ਹੋਵੇ ਵੀ ਇਹਨਾਂ ਦੇ ਨਾਲ ਕੋਈ ਧੱਕਾ ਕਰੇ। ਇਹ ਤਾਂ ਰਹੀ ਓਲਾ ਦੀ ਗੱਲ, 1-2 ਪੰਜਾਬ ਦੇ ਮਸਲਿਆਂ 'ਤੇ ਹੋਰ ਆਪਾਂ ਤੁਹਾਡੇ 'ਤੇ ਵਿਚਾਰ ਲੈਣਾ ਚਾਹਾਂਗੇ। 20-28 ਵਿਧਾਨ ਸਭਾ ਸੈਸ਼ਨ ਆ ਰਹੇ, 25 ਨੂੰ ਪੰਜਾਬ ਦਾ ਬਜਟ ਪੇਸ਼ ਹੋਏਗਾ, ਇਸ 'ਤੇ ਕੋਈ ਪ੍ਰਤੀਕਿਰਿਆ ਕੀ ਰੱਖਦੇ? ਯਾਰ ਇਹ ਬਜਟ ਨਹੀਂ, ਹੁਣ ਤੁਸੀਂ ਇੱਕ ਦਿਨ ਪਹਿਲੇ ਦਿਨ ਸ਼ਰਧਾਂਜਲੀ ਹੈ, ਆਈ ਵਾਸ਼ ਕਰਦੇ ਆ ਲੋਕ, ਜੇ ਇਹਨਾਂ ਕੋਲ ਸੱਚਾਈ ਹੋਵੇ ਤਾਂ ਸੈਸ਼ਨ ਚੱਲਣ 20-20 ਦਿਨ, ਮਹੀਨਾ, ਲੋਕਾਂ ਦੇ ਮਸਲੇ, ਪੰਜਾਬ ਦੇ ਮਸਲੇ ਚੰਗੀ ਡਿਬੇਟ ਦੇ ਵਿੱਚ ਉਹਨਾਂ ਦਾ ਸਮਾਧਾਨ ਹੱਲ ਨਿਕਲੇ। ਕੋਈ ਪਹਿਲੇ ਦਿਨ ਸਿਰਫ ਸ਼ਰਧਾਂਜਲੀ, 1-2-3, ਫਿਰ 3 ਛੁੱਟੀਆਂ, ਫਿਰ 2 ਦਿਨ ਬਜਟ, ਕੀ ਗੰਜੀ ਨਹਾਓ ਅਤੇ ਕੀ ਨਿਚੋੜੋ, ਅਸੀਂ ਕਿਹੜੇ ਮਸਲੇ ਦੇ ਉੱਤੇ ਉੱਥੇ ਡਿਬੇਟ ਕਰਾਂਗੇ? 10 ਸਾਲ ਬਨਾਮ 3 ਸਾਲ, 10 ਸਾਲ ਬਾਦਲਾਂ ਦੇ ਅਤੇ 3 ਸਾਲ ਕੈਪਟਨ ਅਮਰਿੰਦਰ ਦੇ, ਹਾਲਾਤ ਵੱਧ ਤੋਂ ਬਦਤਰ ਹੋ ਗਏ, ਨਾ ਨੌਕਰੀਆਂ, ਕਿਸਾਨ ਖੁਦਕੁਸ਼ੀਆਂ, ਚਿੱਟੇ ਦਾ ਮਸਲਾ, ਟਰਾਂਸਪੋਰਟ ਮਾਫੀਆ, ਰੇਤ ਬਜਰ ਚੋਰੀ, ਕੇਵਲ ਮਾਫੀਆ, ਕੋਈ ਮਸਲਾ ਤਾਂ ਦੱਸ ਦਿਓ। ਗੁਰੂ ਗ੍ਰੰਥ ਸਾਹਿਬ ਅਪਮਾਨ, ਅੱਜ ਤੱਕ ਕਿਸੇ ਦੋਸ਼ੀ ਦੇ ਵਿਰੁੱਧ ਕੋਈ ਕਾਰਵਾਈ ਨਹੀਂ,
ਅਸੀਂ 2 ਦਿਨ ਦੇ ਵਿੱਚ ਬਜਟ ਸੈਸ਼ਨ, ਬਜਟ ਦੇ ਉੱਤੇ ਬਹਿਸ ਅਸੀਂ ਕੀ ਕਰ ਸਕਾਂਗੇ ਉੱਥੇ? ਸੋ ਸਰਕਾਰ ਦਾ ਫੇਲਿਅਰ ਹੈਗਾ, ਆਈ ਵਾਸ਼ ਆ, ਸਿਰਫ ਬਜਟ ਪਾਸ ਕਰਾਉਣ ਵਾਸਤੇ ਇਹਨਾਂ ਨੇ ਉੱਥੇ ਪਾਸ ਹੈ ਸਪੀਕਰ ਤੋਂ ਕਰਾ ਕੇ ਛੁੱਟੀ ਕਰ। ਪੰਜਾਬ ਦੇ ਗੈਂਗਸਟਰ ਕਲਚਰ ਦੀ ਗੱਲ ਕਰੀਏ, ਸ਼ੂਟਰ ਵਰਗੀਆਂ ਪਿਕਚਰਾਂ ਬੈਨ ਕਰਨ ਨਾਲ ਅਸਲ 'ਚ ਜਿਹੜਾ ਗੈਂਗਸਟਰ ਹੁਣ ਜਿਹੜੇ ਖਤਮ ਹੋ ਜਾਏਗਾ, ਜਿਹੜੇ ਗੈਂਗਸਟਰ ਉਹ ਤਾਂ ਸਰਕਾਰ ਦੇ ਮੰਤਰੀਆਂ ਦੇ ਸਹਿਯੋਗੀ ਬਣੇ ਹੋਏ। ਵਿਕਰਮ ਜੀਠੀਆ ਸੁਖੀ ਰੰਧਾਵੇ ਨੂੰ ਕਹਿ ਰਿਹਾ ਜੇਲ੍ਹ ਮਿਨਿਸਟਰ ਨੂੰ ਵੀ ਇਹ ਫਲਾਣੇ ਗੈਂਗਸਟਰਾਂ ਦੇ ਉਹ ਫੋਟੋਆਂ ਦਿਖਾ ਰਿਹਾ, ਐਂਡ ਸੁਖਜਿੰਦਰ ਰੰਧਾਵਾ ਅਤੇ ਹੋਰ ਕਾਂਗਰਸੀ ਆਗੂ ਉਹ ਵਿਕਰਮ ਜੀਠੀਆ ਦੇ ਨਾਲ ਗੈਂਗਸਟਰਾਂ ਦੇ ਸੰਬੰਧ ਜਿਹੜੇ ਆ ਮੀਡੀਆ ਦੇ ਜ਼ਰੀਏ ਲੈ ਕੇ ਆ ਰਹੇ ਆ। ਇਹ ਜਿਹੜੇ ਗੈਂਗਸਟਰ ਆ ਇਹ ਵੱਡੀਆਂ ਰੂਲਿੰਗ ਪਾਰਟੀਆਂ, ਸੱਤਾਧਾਰੀ ਪਾਰਟੀਆਂ ਅਤੇ ਐਕਸ ਸੱਤਾਧਾਰੀ ਪਾਰਟੀਆਂ ਦੇ ਪਾਲੇ ਹੋਏ ਆ। ਇਹ ਸਿਰਫ ਲੋਕਾਂ ਦੇ ਅੰਦਰ ਵਾਹਵਾ ਖੱਟਣ ਵਾਸਤੇ ਕੈਪਟਨ ਅਮਰਿੰਦਰ ਸਿੰਘ ਜਿਹੜਾ ਹੁਣ ਬਿਆਨ ਕਰਤਾ, ਇਹ ਸਿਰਫ ਡਰਾਮੇਬਾਜ਼ੀ ਆ, ਲੋਕਾਂ ਤੋਂ ਵਾਹਵਾ ਖੱਟਣ ਤੋਂ ਇਲਾਵਾ ਕੁਛ ਨਹੀਂ ਹੈਗਾ। ਚੁੱਪ ਅਤੇ ਖਾਮੋਸ਼ ਹਾਂ ਕੇਜਰੀਵਾਲ ਸਾਹਿਬ। ਜੋ ਕਹਿ ਲਓ ਬਈ, ਤੁਹਾਡੀ ਇੱਕ ਮਤਲਬ ਪੰਜਾਬ ਦੇ ਵਾਸੀਆਂ ਦੇ ਹੱਕ ਦੀ ਮੰਗ ਹੈ, ਪਾਣੀ ਦੇ ਵਿਸ਼ੇ ਦੀ ਗੱਲ ਹੈ, ਜੇ ਤੁਹਾਡੀ ਗੱਲ ਨਾਲ ਭਵਿੱਖ ਦੇ ਵਿੱਚ ਕੇਜਰੀਵਾਲ ਸਹਿਮਤ ਹੁੰਦੇ ਨੇ ਲੋਕ ਅਸੀਂ ਤਾਂ ਜਾ ਕੇ ਉਹਨਾਂ ਨੂੰ ਸਰੋਪਾ ਪਾ ਕੇ ਸਨਮਾਨਿਤ ਕਰਕੇ ਆਵਾਂਗੇ, ਕਿਉਂਕਿ ਉਹਨਾਂ ਨੇ 2017 'ਚ ਸਾਡੇ ਨਾਲ ਅਲਾਇੰਸ ਮੌਕੇ ਇਹ ਗੱਲ ਸਵੀਕਾਰ ਕਰਕੇ ਮੀਡੀਆ ਨੂੰ ਉਹਨਾਂ ਨੇ ਬਾਈਟ ਦਿੱਤੀ ਵੀ ਹਾਂ ਮੈਂ ਪੰਜਾਬ ਨੂੰ ਦਿੱਲੀ ਤੋਂ ਪਾਣੀ ਦੀ ਕੀਮਤ ਭੇਜਾਂਗਾ। ਉਹ ਭੇਜ ਦੇਣ ਕੀਮਤ, ਮੈਂ ਤਾਂ ਕਹਾਂ ਅਸੀਂ ਸਰੋਪਾ ਪਾ ਕੇ ਉਹਨਾਂ ਦਾ ਸਨਮਾਨ ਕਰਨ ਵਾਸਤੇ ਜਾਵਾਂਗੇ, ਚਾਹੇ ਸਾਨੂੰ 2 ਦਿਨ ਉੱਥੇ ਇੰਤਜ਼ਾਰ ਵੀ ਕਰਨਾ ਪੈ ਜੇ, ਮੁੱਖ ਮੰਤਰੀ ਸਾਹਿਬ ਆ ਨਾ ਸਾਨੂੰ ਟਾਈਮ ਦੇਣਾ, ਅਸੀਂ 2 ਦਿਨ ਉੱਥੇ ਇੰਤਜ਼ਾਰ ਕਰਕੇ ਆਨਰ ਕਰਕੇ ਆਵਾਂਗੇ, ਸਾਡੇ ਵਾਸਤੇ ਇੱਕ ਰਾਹ ਖੁੱਲ੍ਹ ਜਾਣਾ। ਸਾਡਾ ਬਹੁਤ ਥੋੜ੍ਹਾ ਜਿਹਾ ਪਾਣੀ ਨਿਰਵਾਣਾ ਦੇ ਜ਼ਰੀਏ ਦਿੱਲੀ ਨੂੰ ਜਾ ਰਿਹਾ ਪੰਜਾਬ ਦਾ, ਬਹੁਤ ਥੋੜ੍ਹਾ, ਬਹੁਤ ਛੋਟੀ ਜਿਹੀ ਕੀਮਤ ਬਣਨੀ, ਪਰ ਸਾਡੇ ਵਾਸਤੇ ਇੱਕ ਬਹੁਤ ਵੱਡਾ ਗੇਟ ਖੁੱਲ੍ਹ ਜਾਣਾ ਕੀਮਤ ਅਗਰਾਉਣ ਦਾ, ਰਾਜਸਥਾਨ ਰਸਤਾ ਬਣ ਜਾਣਾ ਸਾਡੇ ਕੋਲ, ਜੇ ਤੋਂ ਅਸੀਂ 16 ਲੱਖ ਕਰੋੜ ਰੁਪਈਆ ਲੈਣਾ। ਤੁਸੀਂ ਹੁਣੇ ਆਪਣੇ ਸੰਬੋਧਨ ਦੇ ਤੁਹਾਡੇ ਨਾਲ ਗੱਲ ਕੀਤੀ ਕਿ ਪੰਜਾਬ ਦੇ ਸਰਕਾਰ ਦੇ ਦਫ਼ਤਰਾਂ ਦੀਆਂ ਬੋਲੀਆਂ ਲੱਗਦੀਆਂ, ਇਹ ਜਿਹੜਾ ਚੱਲਣ ਹੈ 3 ਸਾਲ ਤੋਂ 13 ਸਾਲ ਤੋਂ 13 ਸਾਲ ਤੋਂ 13 ਸਾਲ ਤੋਂ ਪਹਿਲਾਂ ਦੀਆਂ ਗੱਲਾਂ ਥੋੜ੍ਹੀਆਂ ਜਾਂ ਮੈਮਰੀ ਦੇ ਵਿੱਚੋਂ ਡਿਲੀਟ ਹੋ ਜਾਂਦੀਆਂ ਨੇ, ਪਹਿਲਾਂ ਤੋਂ ਹੀ ਹੈਗਾ। ਦਫ਼ਤਰਾਂ ਨਾਲ ਲੈਣਾ ਚਾਹੋਗੇ? ਸਾਰੇ ਦਫ਼ਤਰ ਹੈਗੇ ਆ, ਚਾਹੇ ਡੀ ਸੀ ਆ, ਐੱਸ ਐੱਸ ਪੀ ਆ, ਐੱਸ ਡੀ ਐੱਮ ਆ, ਥਾਣਾ, ਤਹਿਸੀਲ, ਪਟਵਾਰਖਾਨੇ, ਕੋਈ ਦਫ਼ਤਰ ਇੱਦਾਂ ਦਾ ਹੈ ਹੀ ਨਹੀਂ ਜਿੱਥੇ ਬੋਲੀ ਨਾ ਲੱਗਦੀ ਹੋਵੇ। ਇਹ ਸਨ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ, ਜਿਨ੍ਹਾਂ ਨੇ ਪੰਜਾਬ ਦੇ ਕਈ ਗੰਭੀਰ ਮਸਲਿਆਂ 'ਤੇ ਸਾਡੇ ਨਾਲ ਗੱਲ ਕੀਤੀ, ਅਤੇ ਉਹਨਾਂ ਨੇ ਦੱਸਿਆ ਕਿ ਕਿੱਦਾਂ ਦੇ ਪੰਜਾਬ ਦੇ ਵਿੱਚ ਸਥਿਤੀ ਬਣੀ ਹੋਈ ਹੈ ਅਤੇ ਕਿੱਦਾਂ ਦੇ ਜਿਹੜੇ ਸੁਧਾਰ ਨੇ ਲੋਕਾਂ ਦੇ ਹੱਕ ਵਿੱਚ ਕੀਤੇ ਜਾਣੇ ਚਾਹ ਰਹੇ ਨੇ ਜੋ ਲੰਬੇ ਸਮੇਂ ਤੋਂ ਨਹੀਂ ਹੋ ਪਾ ਰਹੇ, ਪਰ ਇਹ ਵਕਤ ਦੀ ਦਰਕਾਰ ਹੈ, ਸਮੇਂ ਦੀ ਦਰਕਾਰ ਹੈ ਕਿ ਇੱਦਾਂ ਹੋਣਾ ਚਾਹੀਦਾ ਹੈ। ਬਲਜੀਤ ਮਰਵਾਹਾ, ਵਿਜੇ ਲਲਿਤ ਪਾਂਡੇ ਦੇ ਨਾਲ ਵਰਲਡ ਪੰਜਾਬੀ, ਮੋਹਾਲੀ।